ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਅੱਜ ਜਿਹੜੀ ਚ ਅੱਪ ਗੱਲ ਕਰਨੀ ਹੈ ਸਪਾਊਸਲ ਓਪਨ ਬਪਮੈਂਟ ਦੀ ਜਿਵੇਂ ਕਿ ਤੁਹਾਨੂੰ ਪਤਾ ਪੀਪੀਆਰ ਟਾਈਮਲਾਈਨਸ ਬਾਰੇ ਆਪਾਂ ਨੂੰ ਹੁੰਦਾ ਵੀ ਕਦੋਂ ਪੀਪੀਆਰ ਆਵਗੀ ਕਦੋਂ ਸਾਨੂੰ ਰਿਜ਼ਲਟ ਦੇਖਣ ਨੂੰ ਮਿਲੇਗਾ ਤਾਂ ਅੱਜ ਆਪਣੇ ਲਈ ਦੋ ਪੀਪੀਆਰ ਟਾਈਮਲਾਈਨਸ ਨੇਗੀਆਂ ਜੋ ਕਿ ਮੈਂ ਇੰਸਟਾਗ੍ਰam ਦੇ ਉੱਤੇ ਮੈਨੂੰ ਇਕਾਈ ਹੋਈ ਸੀਗੀ ਜੋ ਕਿ ਮੈਂ ਕਾਫੀ ਜਿਹੜਾ ਟਾਈਮ ਬਾਅਦ ਮੈਸੇਜ ਰੀਡ ਕੀਤੇ ਸੀਗੇ ਜਿਸ ਦੇ ਵਿੱਚ ਕਾਫੀ ਮੈਸੇਜ ਆ ਜਾਂਦੇ ਨੇ ਤਾਂ ਕਰਕੇ ਲੇਟ ਹੋ ਜਾਂਦੇ ਨੇਗੇ ਤਾਂ ਉਹ ਵੀ ਪੀਪੀਆਰ ਤੁਹਾਨੂੰ ਸ਼ੇਅਰ ਕਰੂੰਗਾ ਇੱਕ ਆਪਾਂ ਦਾ ਰੀ ਬੀ ਨੂੰ ਜਿਹੜਿਆ ਗਿਆ ਨੇ ਸਪਾਊਸ ਰੂਪ ਮਾਨ ਦੀ ਫਾਈਲ ਜਿਹੜੀ ਸਬਮਿਟ ਹੋਈ ਸੀਗੀ ਮਾਰਚ 2021 ਨੂੰ ਜਿਹੜੀ ਹੈਗੇ ਇਹਨਾਂ ਦਾ ਮੈਡੀਕਲ ਜਿਹੜਾ ਬੈਫਰ ਆਨ ਆਈ ਇਹਨਾਂ ਨੇ ਫਿਲ ਕਰਤਾ ਸੀਗਾ ਤੇ 2019 ਦੇ ਵਿੱਚ ਜਿਹੜੀ ਇਹਨਾਂ ਦੀ ਕਿਸੇ ਰਿਫਿਊਜ਼ਲ ਕਰਕੇ ਜਿਹੜੀ ਬਾਇਓਮੈਟ੍ਰਿਕ ਹੈ ਜਿਹੜੀ ਪਹਿਲਾਂ ਹੋ ਚੁੱਕੀ ਸੀ ਇਸ ਲਈ ਇਹਨਾਂ ਨੂੰ ਹੁਣ ਬਾਇਓਮੈਟ੍ਰਿਕ ਜਿਹੜੀ ਕਰਵਾਉਣ ਦੀ ਜਰੂਰਤ ਨਹੀਂ ਪਈ ਸੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਮੈਂ ਇਹ ਪੀਪੀਆਰ ਤਾਂ ਸ਼ੇਅਰ ਕਰ ਰਿਹਾ ਚਾਹੇ ਮੈਂ ਲੇਟ ਆ ਕਿਉਂਕਿ ਇਹ ਨਵੰਬਰ ਦੀ ਈਪੀਪੀਆਰ ਹੈਗੇ ਤਾਂ ਕਿੰਨੇ ਕਿਤੇ ਇਹ ਚੀਜ਼ ਹੈਗੀ ਆ ਕਿ ਨਵੰਬਰ 2020 ਦੇ ਵੀ ਜਿਹੜੇ ਪਰ 2020 ਨੂੰ ਜਿਹੜੀ ਲੱਗੀ ਸੀ ਬਾਇਓਮੈਟ੍ਰਿਕ ਇਹਨਾਂ ਦੇ ਹੋਏ ਸੀ ਜਨਵਰੀ 12 2021 ਨੂੰ ਇੱਕ ਡਵਾਈ ਵਗੈਰਾ ਕਰਵਾ ਕੇ ਆਈ ਸੀਗੇ ਆਪਦੇ ਮੈਡੀਕਲ ਇਹਨਾਂ ਦਾ ਅਫਰੰਟ ਹੋਇਆ ਸੀਗਾ ਤੇ ਵੀਜ਼ਾ ਇਹਨਾਂ ਨੂੰ 22 ਦਸੰਬਰ 2021 ਨੂੰ ਜਿਹੜਾ ਅਪਰੂਵ ਹੋ ਕੇ ਮਿਲਿਆਗਾ ਤਾਂ ਇਹ ਕਹਿ ਰਿਹਾ ਹੈਗਾ ਕਿ ਜਿਹੜਾ ਪਰਮਾਤਮਾ ਉਹ ਆਪਣੇ ਪੇਸ਼ੈਂਟਸ ਨੂੰ ਜਿਹੜਾ ਟੈਸਟ ਕਰ ਰਿਹਾ ਹੈ ਕਿ ਆਪਾਂ ਗਿਵ ਅਪ ਕਰਦੇ ਆ ਜਾਂ ਨਹੀਂ ਕਰਦੇ ਆਗੇ ਹਨਾ ਉਸ ਚੀਜ਼ ਬਾਰੇ ਤਾਂ ਮੈਂ ਸਾਨੂੰ ਇਹ ਕਹੂੰਗਾ ਕਿ ਹੌਸਲਾ ਬਣਾ ਕੇ ਰੱਖੋ ਹਨਾ ਰਿਜ਼ਲਟ ਜਰੂਰ ਆਪਾਂ ਦੇਖਣ ਨੂੰ ਮਿਲਗੇ ਰਿਜ਼ਲਟ ਤਾਂ ਇੱਕ ਦਿਨ ਇੱਕ ਦਿਨ ਆ ਜਾਣਾ ਬਟ ਇਸ ਤਰ੍ਹਾਂ ਹੈਗਾ ਕਿ ਰਿਜ਼ਲਟ ਇਹਦੇ ਰਿਵਾਰਡ ਮਿਲਣਗੇ ਬਾਕੀ ਜਦੋਂ ਵੀ ਕੋਈ ਹੋਰ ਪੀਪੀਆਰਡ ਵਗੈਰਾ ਆਇਆ ਕਰੂਗਾ ਤਾਂ ਮੈਂ ਜਰੂਰ ਸ਼ੇਅਰ ਕਰਾਂਗਾ ਤੁਹਾਨੂੰ ਤਾਜੀ ਵੀਡੀਓ ਸੁਣਾਇਹੀ ਦੋ ਪੀਪੀਆ ਟਾਈਮਲਾਈਨ ਸ਼ੇਅਰ ਕਰਨੀਆਂ ਇਸ ਨੂੰ ਮੈਂ ਇਹੀ ਕਹੂੰਗਾ ਕਿ ਪੋਜ਼ਿਟਿਵ ਰਹੋ ਤੇ ਜਲਦ ਤੋਂ ਜਲਦ ਆਪਾਂ ਨੂੰ ਜਿਹੜੇ ਰਿਵਾਰਡ ਮਿਲਣਗੇ ਤਾਂ ਸਿਰਫ ਇਨਾ ਓਕੇ ਜੀ ਥੈਂਕ ਯੂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ